ਤੇ ਪਹਿਲਾਂ ਕੰਮ ਕੀ ਕਰਦਾ ਸੀ? ਕੰਮ ਸੀਟਾਂ ਸੁੱਟਾਂ ਦਾ ਵੀ ਕਰਦਾ ਸੀ ਜੀ। ਦੁਕਾਨ ਪਾਈ ਹੋਈ ਸੀ, ਵਿਆਹ ਸੀ ਹੋਇਆ ਸੀ, ਤਲਾਕ ਹੋ ਗਿਆ। ਇਕੱਲਾ ਸੀ? ਹਾਂਜੀ ਹਾਂਜੀ। ਹੁਣ ਜਾਣੇ ਬਹੁਤ ਤਕਲੀਫ ਦਿੰਦਾ ਸੀ, ਘੁੱਟਦਾ ਮਾਰਦਾ ਸੀ। ਰਾਤ ਨੂੰ ਅਸੀਂ ਲੱਤਾਂ ਘੁੱਟਦੇ ਰਹਿੰਦੇ ਸੀ ਦਿਨੇ ਜੀ, ਅਤੇ ਬਾਅਦ 'ਚ ਫਿਰ ਆਪਦੀ ਮਾਂ ਦੇ ਲੱਤਾਂ ਮਾਰਦਾ ਸੀ, ਬਹੁਤ ਬੁਰੀ ਹਾਲਤ ਕਰਦਾ ਸੀ। ਇਸ ਦੁੱਖੋਂ ਅਸੀਂ ਘਰੋਂ ਨਿਕਲ ਗਏ ਸੀ, ਅਤੇ ਬਾਅਦ 'ਚ ਇਹਨੇ ਫਿਰ ਆਹਾ ਵੀ ਉਹਨੂੰ ਨਸ਼ੇ ਲਈ ਤੁਸੀਂ ਪੈਸੇ ਨਹੀਂ ਦੇ ਰਹੇ ਸੀ? ਹਾਂਜੀ। ਇਸ ਲਈ ਉਹ? ਹਾਂਜੀ ਹਾਂਜੀ। 10 ਵਜੇ ਰਾਤ ਨੂੰ ਮੰਗਦਾ ਸੀ 1,000 ਰੁਪਈਆ। ਮੈਂ ਕਿਹਾ ਵੀ ਹੁਣ ਤੈਨੂੰ ਅਸੀਂ ਕਿੱਥੋਂ ਲਿਆ ਦਈਏ, ਇੰਨੀ ਗੱਲ ਹੋਈ ਹੈ। ਅਤੇ ਤੁਹਾਡੇ ਨਾਲ ਝਗੜਾ? ਹਾਂਜੀ ਹਾਂਜੀ। ਸਾਨੂੰ ਦਾਅ ਵਿਖਾਉਂਦਾ ਰਿਹਾ। ਮੌਤ ਹੋਈ ਹੈ ਜੀ, ਉਹ ਕੀ ਲੱਗਦਾ ਤੁਹਾਨੂੰ? ਮੇਰਾ ਮੁੰਡਾ ਜੀ। ਕਿੰਨੀ ਦੇਰ ਤੋਂ ਨਸ਼ਾ ਕਰਦਾ ਸੀ ਉਹ? 4 ਸਾਲ ਤੋਂ। ਅੱਜ ਜਿਹੜਾ ਉਹਨੇ ਫਾਹਾ ਲਿਆ, ਕਿਸ ਕਾਰਨ ਲਿਆ? ਉਹ ਪੈਸੇ ਮੰਗਦਾ ਸੀ ਜੀ, ਅਸੀਂ ਪੈਸੇ ਨਹੀਂ ਦੇ ਸਕੇ, ਅਸੀਂ ਗਰੀਬ ਬੰਦੇ ਸੀਗੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹਨੇ ਫਾਹਾ? ਅਸੀਂ ਸਾਨੂੰ ਰਾਤ ਨੂੰ ਘਰੋਂ ਕੱਢਤਾ ਸੀ, ਅੱਜ ਰਾਤੀ ਸਮਾਨ ਸਮੂਨ ਵੀ ਭੰਨਤਾ, ਘਰ ਨੂੰ ਅੱਗ ਵੀ ਲਾਤੀ ਸੀ। ਅਤੇ ਅਸੀਂ ਫਿਰ ਜਦੋਂ ਉਹਨੇ ਦਾਤ ਵੀ ਚੱਕਿਆ, ਆਹਦਾ ਸਾਨੂੰ ਦੋਵਾਂ ਜੀਆਂ ਨੂੰ ਆਉਂਦਾ ਵੀ ਅਸੀਂ ਮੈਂ ਵੜ ਦੂੰਗਾ ਤੁਹਾਨੂੰ। ਅਸੀਂ ਘਰੋਂ ਚਲੇ ਗਏ, ਭੋਲ ਗਏ ਪਿੰਡ ਚਲੇ ਗਏ। ਉੱਥੇ ਮੇਰੀ ਸਾਲੀ ਅਤੇ ਸਾਧੂ ਉਹਦੇ ਘਰ ਚਲੇ ਗਏ 12 ਵਜੇ ਰਾਤ ਨੂੰ। ਉਦੋਂ ਬਾਅਦ 'ਚ ਇਹਨੇ ਘਰ ਹਰਕਤ ਕਰਤੀ। ਜੋ ਨੱਥੋ ਕੇ ਨੌਜਵਾਨਾਂ ਵੱਲੋਂ ਆਤਮ ਹੱਤਿਆ ਕੀਤੀ ਗਈ, ਕੀ ਸਾਰਾ ਮਾਮਲਾ ਜੀ? ਅੱਜ ਸੁਬਹਾ ਨੈਬ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਨੱਥੋ ਕੇ ਨੇ ਬਿਆਨ ਲਿਖਵਾਇਆ ਕਿ ਉਸਦਾ ਲੜਕਾ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦਾ ਸੀਗਾ। ਜਗਤਾਰ ਸਿੰਘ ਤਾਰਾ ਜੋ ਕਬੱਡੀ ਦਾ ਖਿਡਾਰੀ ਸੀਗਾ, ਆਰਥਿਕ ਤੰਗੀ ਕਾਰਨ ਉਹਨੇ ਫਾਹਾ ਲੈ ਕੇ ਆਪਣੀ ਸੁਸਾਈਡ ਕਰ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਕਿੰਨੀ ਉਮਰ ਸੀ ਜੀ ਇਹਦੀ? ਕਰੀਬ 22 ਸਾਲ। ਉਸਦੇ ਫਾਦਰ ਵੱਲੋਂ ਜਿਹੜਾ ਮੀਡੀਆ ਸਾਹਮਣੇ ਬਿਆਨ ਦਿੱਤਾ ਗਿਆ ਜੀ, ਉਸ ਵਿੱਚ ਉਹਨਾਂ ਨੇ ਕਿਹਾ ਕਿ ਇਸਨੇ ਨਸ਼ੇ ਕਾਰਨ ਜਿਹੜੀ ਹੈਗੀ ਆ ਮੌਤ ਹੋਈ ਹੈਗੀ ਆ, ਵੀ ਉਸਨੂੰ ਨਸ਼ੇ ਦਾ ਆਦੀ ਸੀ, ਨਸ਼ਾ ਉਸਨੂੰ ਪੂਰਤੀ ਨਹੀਂ ਹੁੰਦੀ ਸੀ, ਇਸ ਕਰਕੇ ਉਸਨੇ ਫਾਹਾ ਲਿਆ ਜੀ। ਐਸਾ ਕੋਈ ਸਾਡੇ ਪਾਸ ਬਿਆਨ ਨਹੀਂ ਆਇਆ ਜਿਸ ਕਾਰਨ ਵੀ ਉਹ ਨਸ਼ੇ ਨਾਲ ਦੀ ਮੌਤ ਹੋਈ। ਅਤੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਕਰਕੇ ਉਹਨੇ ਆਪਣੇ ਆਪ ਨੂੰ ਸੁਸਾਈਡ ਕਰਕੇ, ਜਿਸ ਕਾਰਨ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਸਦੇ ਫਾਦਰ ਨੇ ਦੱਸਿਆ ਵੀ ਮੈਂ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ।